ਸਸ ਸਾਰੀ ਗੱਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਚ educativa ਦੀ ਭਰਤੀ ਦੀ ਨਿਕਲ ਕੇ ਆ ਚੁੱਕੀ ਹੈ ਜੀ ਨੋਟੀਫਿਕੇਸ਼ਨ ਟੀਚਿੰਗ ਤੇ ਨਾਨ ਟੀਚਿੰਗ ਦੇ ਰਿਲੇਟਡ ਹੈ ਅਲੱਗ-ਅਲੱਗ ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਸੈਲਰੀ ਬਹੁਤ ਵਧੀਆ ਰਹਿਣ ਵਾਲੀ ਹੈ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਮੰਗਿਆ ਗਿਆ ਹੈ ਤੇ ਕੰਡੀਸ਼ਨਸ ਆਰ ਟਰਮਸ ਕਿੱਥੋਂ ਤੁਹਾਨੂੰ ਨੋਟੀਫਿਕੇਸ਼ਨ ਵੀਡੀਓ ਮਿਲੇਗਾ ਉਹ ਪੂਰੀ ਜਾਣਕਾਰੀ ਅੱਗੇ ਮੈਂ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਜਿਹੜੀਆਂ ਨੇ ਹੋਰ ਵੀ ਆਊਟ ਹੋ ਚੁੱਕੀਆਂ ਨੇ ਤੇ ਇਸੇ ਲਈ ਤੁਸੀਂ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਉੱਥੋਂ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੀ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟ ਜਿਹੜਾ ਜੀ ਉਹ ਲੈ ਕੇ ਆਂਦਾ ਹੀ ਰਵਾਂਗਾ ਤੇ ਮਿਲਦਾ ਰਵਾਂਗਾ ਤੁਹਾਨੂੰ ਨਵੇਂ-ਨਵੇਂ ਨੋਟੀਫਿਕੇਸ਼ਨਸ ਦੇ ਨਾਲ recruitment update ਦੇ ਉੱਪਰ ਤੇ ਤੁਸੀਂ ਕਿਸੇ ਵੀ ਨੋਟੀਫਿਕੇਸ਼ਨ ਪੀਡੀਐਫ ਦੇ ਲਈ ਸਾਡੀ ਵੈੱਬਸਾਈਟ ਤੇ ਰੈਫਰ ਕਰ ਸਕਦੇ ਹੋ ਤੇ ਨਾਲ ਦੀ ਨਾਲ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਸਾਰੇ ਅਪਡੇਟਸ ਮਿਲਦੇ ਰਹਿਣ ਤਾਂ ਜ਼ਰੂਰ ਸਬਸਕ੍ਰਾਈਬ ਕਰਕੇ ਰਹਿਣਾ ਸਾਡੇ ਚੈਨਲ ਨੂੰ ਤੇ ਕਿਸੇ ਵੀ ਗਵਰਨਮੈਂਟ ਜੌਬ ਦੀ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ ਤੁਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਵੈਕੈਂਸੀ ਦੀ ਇਸ ਦੇ ਵਿੱਚ ਸਭ ਤੋਂ ਪਹਿਲੀ ਵੈਕੈਂਸੀ ਜਿਹੜੀ ਆਊਟ ਕੀਤੀ ਗਈ ਹੈ ਜੀ ਉਹ ਹੈਗੀ ਹੈ ਅਸਿਸਟੈਂਟ ਪ੍ਰੋਫੈਸਰ ਦੀ ਇਸ ਦੇ ਵਿੱਚ ਅਲੱਗ-ਅਲੱਗ ਸਬਜੈਕਟ ਦੀਆਂ ਅਲੱਗ-ਅਲੱਗ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਸੋ ਇਹਦੇ ਲਈ ਤੁਸੀਂ ਸਿੰਪਲੀ ਕੀ ਕਰਨਾ ਹੈ ਜੀ ਇਹਦੇ ਲਈ ਇਹ ਜਿਹੜੀ ਐਲੀਜੀਬਿਲਿਟੀ ਉਹ ਪਹਿਲੇ ਪੜ੍ਹ ਲੈਣੇ ਫਿਰ ਮੈਂ ਤੁਹਾਨੂੰ ਸਬਜੈਕਟ ਵਾਈਜ਼ ਦੱਸ ਦਾਂਗਾ ਕਿਹੜੀ-ਕਿਹੜੀ ਵੈਕੈਂਸੀਸ ਨੇ ਇਸ ਦੇ ਵਿੱਚ ਮਾਸਟਰ ਡਿਗਰੀ ਜਿਹੜੀ ਹੈ ਜੀ ਤੁਸੀਂ ਕੀਤੀ ਹੋਈ 55% ਮਾਰਕਸ ਦੇ ਨਾਲ ਠੀਕ ਹੈ ਜੀ ਔਰ ਇਸੇ ਦੇ ਨਾਲ ਤੁਹਾਡੇ ਕੋਲ ਜਿਹੜਾ ਹੈ ਜੀ ਫੁੱਲਫਿਲ ਕਰਦੇ ਹੋ ਤੁਸੀਂ ਅਬੋਵ ਕੁਆਲੀਫਿਕੇਸ਼ਨ ਤਾਂ ਜਿਨ੍ਹਾਂ ਨੇ ਨੈਸ਼ਨਲ ਐਲੀਜੀਬਿਲਿਟੀ ਟੈਸਟ ਐਨਈਟੀ ਕਲੀਅਰ ਕੀਤਾ ਹੋਇਆ ਠੀਕ ਹੈ ਜੀ ਜੋ ਕਿ ਯੂਜੀਸੀ ਵੱਲੋਂ ਕਰਵਾਇਆ ਜਾਂਦਾ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਤੇ ਅਪਲਾਈ ਤੁਸੀਂ ਇਹਦੇ ਲਈ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਵੀ ਹੋਰ ਵੀ ਕੰਡੀਸ਼ਨਸ ਲਿਖੀਆਂ ਹੋਈਆਂ ਨੇ ਜਿਨ੍ਹਾਂ ਨੇ ਪੀਐਚਡੀ ਡਿਗਰੀ ਕੀਤੀ ਹੋਈ ਕੈਂਡੀਡੇਟ ਨੇ ਠੀਕ ਹੈ ਜੀ ਉਹ ਵੀ ਇਹਦੇ ਲਈ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਜੀ ਠੀਕ ਹੈ ਜੀ ਔਰ ਇਹਨਾਂ ਨੇ ਉਸ ਤੋਂ ਬਾਅਦ ਹੋਰ ਵੀ ਐਲੀਜੀਬਿਲਿਟੀ ਹੈਗੀਆਂ ਜਿੱ ਉਸ ਦੀ ਗੱਲ ਕਰੀ ਤਾਂ ਲਾਇਬ੍ਰੇਰੀਅਨ ਦੀ ਪੋਸਟ ਹੈ ਜਿਨ੍ਹਾਂ ਨੇ ਮਾਸਟਰ ਡਿਗਰੀ ਕੀਤੀ ਹੋਈ ਹੈ 55% ਮਾਰਕਸ ਦੇ ਨਾਲ ਕੀਤੀ ਹੋਈ ਹੈ ਸਾਇੰਸ ਇਨਫੋਰਮੇਸ਼ਨ ਸਾਇੰਸ ਡਾਕੂਮੈਂਟ ਜਾਂ ਇਨਫੋਰਮੇਸ਼ਨ ਸਾਇੰਸ ਦੇ ਵਿੱਚ ਡਾਕੂਮੈਂਟੇਸ਼ਨ ਸਾਇੰਸ ਦੇ ਵਿੱਚ ਤਾਂ ਤੁਸੀਂ ਕੀਤੀ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਐਟ ਲੀਸਟ 10 ਇਅਰ ਐਸ ਅ ਲਾਇਬ੍ਰੇਰੀਅਨ ਤੁਹਾਨੂੰ ਨੋਲਿਜ ਹੈਗੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇਸ ਦੇ ਵਿੱਚ ਅਸਿਸਟੈਂਟ ਲਾਇਬ੍ਰੇਰੀਨ ਦੀ ਵੈਕੈਂਸੀਜ਼ ਵੀ ਹੈਗੀਆਂ ਜਿਹਦੇ ਲਈ ਮਾਸਟਰ ਡਿਗਰੀ ਤੁਸੀਂ ਲਾਇਬ੍ਰੇਰੀ ਸਾਇੰਸ ਦੇ ਵਿੱਚ ਕੀਤੀ ਹੈ ਇਨਫੋਰਮੇਸ਼ਨ ਸਾਇੰਸ ਦੇ ਵਿੱਚ ਔਰ ਡਾਕੂਮੈਂਟੇਸ਼ਨ ਸਾਇੰਸ ਦੇ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਔਰ ਤੁਹਾਡਾ ਇੱਕ ਵਧੀਆ ਅਕੈਡੈਮਿਕ ਰਿਕਾਰਡ ਹੋਣਾ ਚਾਹੀਦਾ ਹੈ ਜੋ ਕਿ ਕੰਪਿ ਨੋ ਨੌਲੇਜ ਹੈਗੀ ਹੈ ਤਾਂ ਤੁਸੀਂ ਅਪਲਾਈ ਇਹਦੇ ਲਈ ਕਰ ਸਕਦੇ ਹੋ ਜੀ ਬਾਕੀ ਇਹਦੇ ਲਈ ਡਿਟੇਲਸ ਇਹਨਾਂ ਨੇ ਮੈਂਸ਼ਨ ਕੀਤੀਆਂ ਹੋਈਆਂ ਨੇ ਪੇ ਸਕੇਲ ਜਿਹੜਾ ਹੈ ਪ੍ਰੋਫੈਸਰ ਲਾਈਬ੍ਰੇਰੀਅਨ ਦਾ ਜਿਹੜਾ ਰਹੇਗਾ ਉਹ ਹੋਏਗਾ ਜੀ 144200 ਤੋਂ ਲੈ ਕੇ ਤੁਹਾਡਾ ਜਿਹੜਾ ਰਹੇਗਾ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਐਸੋਸੀਏਟ ਪ੍ਰੋਫੈਸਰ ਦੀ ਗੱਲ ਕਰਾਂ 131400 ਤੁਹਾਡਾ ਰਹੇਗਾ ਅਸਿਸਟੈਂਟ ਪ੍ਰੋਫੈਸਰ ਅਸਿਸਟੈਂਟ ਲਾਈਬ੍ਰੇਰੀਅਨ ਦੀ ਗੱਲ ਕਰਾਂ ਤਾਂ ਉਸ ਦੇ ਵਿੱਚ ਤੁਹਾਡਾ 52700 ਸੈਲਰੀ ਸਟਾਰਟਿੰਗ ਜਿਹੜੀ ਹੈ ਜੀ ਉਹ ਇਸ ਦੇ ਵਿੱਚ ਰਹਿਣ ਵਾਲੀ ਹੈ ਸੋ ਇਹ ਉਹ ਇਹਦੀ ਨੋਟੀਫਿਕੇਸ਼ਨ ਜਿਹੜਾ ਆਊਟ ਕੀਤਾ ਗਿਆ ਹੈ ਜੀ ਉਹ NCERT ਵੱਲੋਂ ਆਊਟ ਕੀਤਾ ਗਿਆ ਹੈ ਦੇਦਾ ਕਿ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਜਿਹਦੇ ਲਈ 올 ਇੰਡੀਆ ਕੈਂਡੀਡੇਟ ਐਲੀਜੀਬਲ ਹੁੰਦੇ ਨੇ ਟੋਟਲ 292 ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਆਨਲਾਈਨ ਅਪਲੀਕੇਸ਼ਨ ਜਿਹੜੀਆਂ ਨੇ ਅਪਲਾਈ ਕਰਨ ਲਈ ਮੰਗੀਆਂ ਗਈਆਂ ਨੇ ਜੋ ਕਿ ncirtd.nic.in ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਉਹਨਾਂ ਨੇ ਬਾਈਫਰਕੇਸ਼ਨ ਲਿਖੀ ਹੋਈ ਹੈ ਸਬਜੈਕਟ ਵਾਈਜ਼ ਔਰ ਸਪੈਸ਼ਲਾਈਜ਼ੇਸ਼ਨ ਵਾਈਜ਼ ਸੋ ਤੁਸੀਂ ਚੈੱਕ ਕਰਕੇ ਦੇ ਲਈ ਅਪਲਾਈ ਜਿਹੜਾ ਉਹ ਕਰ ਲੈਣਾ ਜੀ ਕੈਟਾਗਰੀ ਵਾਈਜ਼ ਬਾਈਫਰਕੇਟ ਵੀ ਕੀਤਾ ਹੋਇਆ ਹੈ ਪੋਸਟਾਂ ਨੂੰ ਸੋ ਜਰੂਰ ਅਪਲਾਈ ਕਰਨਾ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟ ਕੀ ਆਂਦਾ ਹੀ ਰਵਾਂਗਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ